ਦੇਖੋ ਸਿੱਖੀ ਜਿਹੜੀ ਸਿੱਖੀ ਔਰ ਸਿੱਖਿਆ ਸਾਡਾ ਸਭ ਤੋਂ ਵੱਡਾ ਮੰਤਵ ਹੈ। ਸੋ ਉਹਦੇ ਵਿੱਚ ਜੇ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ ਤਾਂ ਸਿੱਖੀ ਵਿੱਚ ਧਰਮ ਪ੍ਰਚਾਰ ਕਰਨਾ ਔਰ ਅੰਮ੍ਰਿਤ ਸੰਚਾਰ ਕਰਾਉਣਾ ਬੱਚਿਆਂ ਨੂੰ ਔਰ ਬੱਚਿਆਂ ਨੂੰ ਧਰਮ ਨਾਲ ਜੋੜਨਾ, ਇਹ ਸਾਡਾ ਸਭ ਤੋਂ ਪਹਿਲਾ ਮੰਤਵ ਹੈ। ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਸਿੱਖੀ ਨਾਲ ਜੋੜਨ ਵਾਸਤੇ ਸ਼ੁਰੂ ਕਰਤਾ ਆਲਰੇਡੀ, ਸਾਡੇ ਧਰਮ ਨਾਲ ਜੁੜੇ ਨੇ ਬੱਚੇ, ਲੇਕਿਨ ਇਤਿਹਾਸ ਨੇ ਵੀ ਜੁੜਨਾ ਪਏਗਾ। ਸੋ ਜਿਵੇਂ ਤੁਸੀਂ ਲਾਗੇ ਚਲ ਜਾਓ, ਕਾਨੂੰਆਂ ਦੇ ਛੰਭ 'ਚ ਚਲ ਜਾਓ, ਅਤੇ ਉੱਥੇ ਛੋਟਾ ਘੱਲੂਘਾਰਾ ਦਾ ਬੜਾ ਸੋਹਣਾ ਉੱਥੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ, ਪਲੱਸ ਉੱਥੇ ਇਮਾਰਤ ਵੀ ਬਣੀ ਆ, ਉੱਥੇ ਯਾਦਗਾਰ ਬਣੀ ਹੈ। ਸੋ ਹਰ ਇੱਕ ਸਕੂਲ ਨੂੰ ਇੰਸਟਰਕਸ਼ਨ ਹੈ, ਜਿਹੜੇ ਮਾਝੇ ਦੇ ਸਕੂਲ ਨੇ, ਕਿ ਹਰ ਸਾਲ ਉਹ ਬੱਚੇ ਲੈ ਕੇ ਉੱਥੇ ਜਾਇਆ ਕਰਨਗੇ, ਲੰਗਰ ਛਕਣਗੇ। ਸਾਡਾ ਇੱਕ ਸਕੂਲ ਹੈ ਜਿਹੜਾ 14 ਏਕੜ 'ਚ ਹੈ, ਤਾਂ ਉੱਥੇ ਅਸੀਂ ਇੱਕ ਬਣਾਉਣ ਲੱਗੇ ਹਾਂ, ਡੋਮੇਟਰੀਜ਼ ਬਣਾਉਣ ਲੱਗੇ ਹਾਂ ਮੁੰਡੇ ਕੁੜੀਆਂ ਵਾਸਤੇ ਅਲੱਗ ਅਲੱਗ। ਉੱਥੇ ਸਾਡੇ ਸਾਰੇ ਬੱਚੇ ਸਾਲ 'ਚ ਇੱਕ ਵਾਰ ਸਮਰ ਕੈਂਪ ਦੇ ਤੌਰ 'ਤੇ ਜਾਇਆ ਕਰਨਗੇ, ਅਤੇ ਖਾਲਸਾ ਜਿਹੜਾ ਉੱਥੇ ਸਾਡਾ ਹੈਗਾ ਉਹਦਾ ਕਰਨਗੇ, ਉੱਥੇ ਜਾ ਕੇ ਦੇਖਣਗੇ ਸਾਰਾ। ਉਹਦੇ ਬਾਅਦ ਮੱਥਾ ਟੇਕਣਗੇ, ਤਖ਼ਤ ਸਾਹਿਬ 'ਤੇ ਜਾਣਗੇ ਔਰ ਉਹ ਜਗ੍ਹਾ 'ਤੇ ਫਿਰਨਗੇ, ਘੁੰਮਣਗੇ। ਸੋ ਇਹ ਸਾਡਾ ਹੈ ਕਿ ਧਰਮ ਨਾਲ ਅਸੀਂ ਉਹਨਾਂ ਦਾ ਇਸ ਤਰ੍ਹਾਂ ਸਿਸਟਮ ਬਣਾਈਏ ਕਿ ਬੱਚੇ ਨਾ ਥੋੜ੍ਹਾ ਜਿਹਾ ਰਿਲੈਕਸ ਫੀਲ ਕਰਨ। ਪਿੰਡਾਂ 'ਚ ਗੁਰਦੁਆਰੇ ਨੇ, ਸੋ ਦੇਖਣ 'ਚ ਆਇਆ ਕਿ ਉਹਨਾਂ ਦੀ ਅਟੈਂਡੈਂਸ ਬੜੀ ਘੱਟ ਗਈ, ਬੱਚੇ ਬਹੁਤ ਘੱਟ ਜਾਂਦੇ ਆ, ਸਾਡੇ ਸੰਗਤਾਂ ਬਹੁਤ ਘੱਟ ਗਈਆਂ ਨੇ। ਸੋ ਉਹਦੇ ਵਿੱਚ ਜੋ ਪ੍ਰੋਗਰਾਮ ਬਣਿਆ ਹੁਣ ਲਾਗੂ ਨਹੀਂ ਪੂਰਾ ਕਰ ਸਕੇ ਹਾਲੇ ਆਪਾਂ, ਉੱਥੇ ਇੰਟਰਸਟਿੰਗ ਬਣਾਉਣ ਦਾ ਪ੍ਰੋਗਰਾਮ ਬਣਾ ਰਿਹਾ ਕਿ ਉੱਥੇ ਨਿੱਕੀਆਂ ਨਿੱਕੀਆਂ ਕੰਪੀਟੀਸ਼ਨਸ ਹੋਣ, ਜਿੱਥੇ ਜਿਸ ਤਰ੍ਹਾਂ ਸ਼ਬਦ ਕੀਰਤਨ ਦਾ ਹੋਵੇ ਜਾਂ ਕਵਿਸ਼ਰੀ ਦਾ ਹੋਵੇ। 2 ਸਾਲ ਪਹਿਲਾਂ ਪ੍ਰਧਾਨ ਬਣਿਆ ਸੀਗਾ, ਅਸੀਂ ਹਮੇਸ਼ਾ ਕਿਹਾ ਜਿਹਦਾ ਜੀ ਕਰਦਾ ਕੇ ਕੰਮ ਕਰੋ, ਕਿਉਂਕਿ ਪ੍ਰਧਾਨ ਨੇ ਜੇ ਸਾਡੇ ਕੋਲ ਇਸ ਵੇਲੇ 55 ਦੇ ਲਾਗੇ ਜਾ ਕੇ ਸੰਸਥਾਵਾਂ ਚੱਲ ਰਹੀਆਂ ਨੇ ਅਤੇ ਇਕੱਲਾ ਪ੍ਰਧਾਨ ਤਾਂ ਚਲਾ ਨਹੀਂ ਸਕਦਾ ਕਦੇ। ਅਸੀਂ ਕੀ ਕੀਤਾ ਹੈ, ਲਾਸਟ ਈਅਰ ਅਖਬਾਰ 'ਚ ਕੱਢੀ ਹੈ ਔਰ ਪੈਨ ਇੰਡੀਆ ਅਖਬਾਰਾਂ 'ਚ ਕੱਢਿਆ ਹੈ। ਸਾਡੇ ਕੋਲ 148 ਪਬਲਿਸ਼ਰ ਲਾਸਟ ਈਅਰ ਆਏ ਨੇ ਥਰੂ ਆਊਟ ਇੰਡੀਆ, ਜਿਹਦੇ 'ਚ ਆਕਸਫੋਰਡ, ਕੇਂਬਰੇਜ, ਸੈਲਨ ਵਗੈਰਾ ਪੂਰੇ ਥਰੂ ਆਊਟ ਆਏ ਨੇ ਔਰ ਅਸੀਂ ਆਕਸਫੋਰਡ, ਕੇਂਬਰੇਜ ਵਗੈਰਾ ਦੀ ਬੁੱਕਸ ਲਗਾਈਆਂ ਨੇ ਔਰ ਉਹਨਾਂ ਸਾਨੂੰ ਬੜੇ ਹਾਈ ਕੰਸੈਸ਼ਨ ਰੇਟਸ 'ਤੇ ਦਿੱਤੀਆਂ ਨੇ ਜੋ ਅਸੀਂ ਗਾਂ ਬੱਚਿਆਂ ਨੂੰ ਪਾਸ ਔਨ ਕੀਤੀ ਹੈ। ਦੋਸਤੋ, ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵੀ ਕੋਈ ਚੋਣਾਂ ਆਉਂਦੀਆਂ ਨੇ ਤਾਂ ਹਰ ਪਾਰਟੀ ਦਾ ਹਰ ਉਮੀਦਵਾਰ ਕਹਿੰਦਾ ਕਿ ਜਿੱਤ ਮੇਰੀ ਪੱਕਾ, ਪਰ ਇਹ ਤੈਅ ਕਰਨਾ ਹੈ ਵੋਟਰਾਂ ਨੇ, ਇਹ ਤੈਅ ਕਰਨਾ ਹੈ ਕੰਮਾਂ ਨੇ, ਕੰਮ ਕਿਹੜੇ ਕੀਤੇ ਨੇ, ਕਿਹੜੇ ਨਹੀਂ ਕੀਤੇ। ਚੀਫ ਖਾਲਸਾ ਦੀਵਾਨ, ਪੁਰਾਤਨ ਸੰਸਥਾ ਹੈ ਚੀਫ ਖਾਲਸਾ ਦੀਵਾਨ, ਉਹਦੀਆਂ ਚੋਣਾਂ 18 ਫਰਵਰੀ 2024 ਨੂੰ ਹੋਣ ਜਾ ਰਹੀਆਂ ਨੇ, ਤਾਂ ਬਹੁਤ ਸਾਰੇ ਕੈਂਡੀਡੇਟ ਨੇ, ਤਾਂ ਮੌਜੂਦਾ ਪ੍ਰਧਾਨ ਜਿਹੜੇ ਇੰਦਰਬੀਰ ਸਿੰਘ ਨਿੱਜਰ ਨੇ ਉਹ ਸਾਡੇ ਨਾਲ ਮੌਜੂਦ ਨੇ, ਤਾਂ ਹੁਣ ਵੀ ਅੱਗੇ ਵੀ ਕੈਂਡੀਡੇਟ ਨੇ। ਸਰ, ਸਵਾਗਤ ਹੈ ਡੇਲੀ ਪੋਸਟ ਪੰਜਾਬੀ ਦੇ ਉੱਤੇ ਤੁਹਾਡਾ ਜੀ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੁੰਦੇ ਜੀ, ਚੋਣਾਂ ਦੀ ਤਰੀਕ ਮਿੱਥੀ ਗਈ ਆ, ਤਿਆਰੀਆਂ ਕੀ ਨੇ ਤੁਹਾਡੀਆਂ? ਹਾਂਜੀ, ਚੋਣਾਂ ਤਰੀਕ 18 ਹੈ, 18 ਫਰਵਰੀ, ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਵੋਟਿੰਗ ਹੋਏਗੀ ਔਰ 5 ਵਜੇ ਤੋਂ ਬਾਅਦ ਗਿਣਤੀ ਸ਼ੁਰੂ ਹੋਏਗੀ। ਮੈਨੂੰ ਲੱਗਦਾ ਕਿਉਂਕਿ ਵੋਟਾਂ 400 ਹੁੰਦੀਆਂ ਨੇ, ਸੋ ਘੰਟੇ ਦੇ ਅੰਦਰ ਅੰਦਰ ਰਿਜ਼ਲਟ ਵੀ ਸ਼ਾਮ ਤੱਕ ਆ ਜਾਏਗਾ। ਪਰ ਨਜ਼ਰਾਂ ਸਾਰੇ ਦੀਆਂ ਟਿੱਕੀਆਂ ਆਉਂਦੀਆਂ ਇੱਥੇ ਕਿ ਕੀ ਬਣੇਗਾ। ਜੇਕਰ ਅਸੀਂ ਪਿਛਲੇ ਕੰਮਾਂ ਦੀ ਗੱਲ ਕਰੀਏ ਤਾਂ ਮੈਂ ਚਾਹਾਂਗਾ ਕਿ ਦੱਸਿਆ ਜਾਵੇ ਕਿ ਕਿਹੜੇ ਕਿਹੜੇ ਕੰਮ ਰਹਿ ਗਏ ਨੇ, ਕਿਉਂਕਿ ਤੁਸੀਂ ਪੂਰੀ ਜੱਦੋਜਹਿਦ ਕੀਤੀ ਸੀ ਜਦੋਂ ਤੁਸੀਂ ਪ੍ਰਧਾਨ ਬਣੇ ਨੇ, ਤਾਂ ਪੂਰੀ ਜੱਦੋਜਹਿਦ ਕੀਤੀ ਸੀ ਕਿ ਕੋਈ ਕੰਮ ਰਵੇ ਨਾ, ਤਾਂ ਕਿਹੜੇ ਕਿਹੜੇ ਕੰਮ ਰਹਿ ਗਏ ਨੇ ਜਿਹੜੇ ਹੋਣ ਵਾਲੇ ਨਹੀਂ ਹੋ ਸਕਦੇ? ਦੇਖੋ, ਸਿੱਖੀ ਜਿਹੜੀ ਸਿੱਖੀ ਔਰ ਸਿੱਖਿਆ ਸਾਡਾ ਸਭ ਤੋਂ ਵੱਡਾ ਮੰਤਵ ਹੈ। ਸੋ ਉਹਦੇ ਵਿੱਚ ਜੇ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ ਤਾਂ ਸਿੱਖੀ ਵਿੱਚ ਧਰਮ ਪ੍ਰਚਾਰ ਕਰਨਾ ਔਰ ਅੰਮ੍ਰਿਤ ਸੰਚਾਰ ਕਰਾਉਣਾ ਬੱਚਿਆਂ ਨੂੰ ਔਰ ਬੱਚਿਆਂ ਨੂੰ ਧਰਮ ਨਾਲ ਜੋੜਨਾ, ਇਹ ਸਾਡਾ ਸਭ ਤੋਂ ਪਹਿਲਾ ਮੰਤਵ ਹੈ। ਅਤੇ ਸਾਡੀ ਕੋਸ਼ਿਸ਼ ਰਹੀ ਹੈ ਕਿ ਹਰ ਸਕੂਲ ਦੇ 'ਚ ਗੁਰਦੁਆਰਾ ਸਾਹਿਬ ਹੋਣੇ ਚਾਹੀਦੇ ਆ, ਤਾਂ ਇਹ ਸਾਡੇ ਕੋਲ 100% ਕਾਮਯਾਬੀ ਨਹੀਂ ਮਿਲੀ, ਕਾਫੀ ਸਾਲਾਂ ਤੋਂ ਸ਼ੁਰੂ ਕੀਤਾ ਹੋਇਆ ਕੰਮ ਹੈ, ਤਾਂ ਮੈਂ ਵਿਸ਼ਵਾਸ ਤੋਰਨਾ ਕਿ ਅਗਲੇ 5 ਸਾਲਾਂ 'ਚ ਹਰ ਸਕੂਲ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਏਗਾ, ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਏਗਾ। 2, ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਸਿੱਖੀ ਨਾਲ ਜੋੜਨ ਵਾਸਤੇ ਇੱਕ ਜਿਹੜਾ ਸ਼ੁਰੂ ਕਰਤਾ ਆਲਰੇਡੀ, ਕਿ ਜਿਹੜੇ ਸਾਡੇ
ਸਾਡਾ ਸਾਡੇ ਧਰਮ ਨਾਲ ਜੁੜੇ ਨੇ ਬੱਚੇ, ਲੇਕਿਨ ਇਤਿਹਾਸ ਨੇ ਵੀ ਜੁੜਨਾ ਪਏਗਾ। ਸੋ ਜਿਵੇਂ ਤੁਸੀਂ ਲਾਗੇ ਚਲ ਜਾਓ, ਕਾਨੂੰਆਂ ਦੇ ਛੰਬ 'ਚ ਚਲ ਜਾਓ, ਅਤੇ ਉੱਥੇ ਛੋਟਾ ਘੱਲੂਘਾਰਾ ਦਾ ਬੜਾ ਸੋਹਣਾ ਉੱਥੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ, ਪਲੱਸ ਉੱਥੇ ਇੱਕ ਇਮਾਰਤ ਵੀ ਬਣੀ ਆ, ਉੱਥੇ ਯਾਦਗਾਰ ਬਣੀ ਹੈ। ਸੋ ਹਰ ਇੱਕ ਸਕੂਲ ਨੂੰ ਇੰਸਟਰਕਸ਼ਨ ਨੇ, ਜਿਹੜੇ ਮਾਝੇ ਦੇ ਸਕੂਲ ਨੇ, ਕਿ ਹਰ ਸਾਲ ਉਹ ਬੱਚੇ ਲੈ ਕੇ ਉੱਥੇ ਜਾਇਆ ਕਰਨਗੇ, ਲੰਗਰ ਛਕਣਗੇ ਔਰ ਇਤਿਹਾਸ ਬਾਰੇ ਪੜ੍ਹਨਗੇ। ਸੋ ਇਤਿਹਾਸ ਨਾਲ ਜੋੜਨਾ ਬੜਾ ਲਾਜ਼ਮੀ ਹੈ। ਦੂਜੀ ਗੱਲ ਹੈ, ਅਨੰਦਪੁਰ ਸਾਹਿਬ ਵੀ ਸਾਡਾ ਇੱਕ ਸਕੂਲ ਹੈ ਜਿਹੜਾ 14 ਏਕੜ 'ਚ ਹੈ, ਤਾਂ ਉੱਥੇ ਅਸੀਂ ਇੱਕ ਬਣਾਉਣ ਲੱਗੇ ਹਾਂ, ਡੋਮੇਟਰੀਜ਼ ਬਣਾਉਣ ਲੱਗੇ ਹਾਂ ਮੁੰਡੇ ਕੁੜੀਆਂ ਵਾਸਤੇ ਅਲੱਗ ਅਲੱਗ। ਉੱਥੇ ਸਾਡੇ ਸਾਰੇ ਬੱਚੇ ਸਾਲ 'ਚ ਇੱਕ ਵਾਰ ਸਮਰ ਕੈਂਪ ਦੇ ਤੌਰ 'ਤੇ ਜਾਇਆ ਕਰਨਗੇ, ਜਿੱਥੇ ਦੋ ਰਾਤਾਂ ਅਤੇ 3 ਦਿਨ ਦਾ ਪ੍ਰੋਗਰਾਮ ਹੋਏਗਾ। ਉਹ ਜਾਣਗੇ ਵਿਰਾਸਤ ਏ ਖਾਲਸਾ ਜਿਹੜਾ ਉੱਥੇ ਸਾਡਾ ਹੈਗਾ ਉਹਦਾ ਕਰਨਗੇ, ਉੱਥੇ ਜਾ ਕੇ ਦੇਖਣਗੇ ਸਾਰਾ। ਉਹਦੇ ਬਾਅਦ ਮੱਥਾ ਟੇਕਣਗੇ, ਤਖ਼ਤ ਸਾਹਿਬ 'ਤੇ ਜਾਣਗੇ ਔਰ ਉਹ ਜਗ੍ਹਾ 'ਤੇ ਫਿਰਨਗੇ, ਘੁੰਮਣਗੇ, ਹਾਈਕਿੰਗ ਕਰ ਲੈਣਗੇ ਔਰ ਸਪੋਰਟਸ ਕਰ ਲੈਣਗੇ। ਸੋ ਇਹ ਸਾਡਾ ਹੈ ਕਿ ਧਰਮ ਨਾਲ ਅਸੀਂ ਉਹਨਾਂ ਦਾ ਇਸ ਤਰ੍ਹਾਂ ਸਿਸਟਮ ਬਣਾਈਏ ਕਿ ਬੱਚੇ ਨਾ ਥੋੜ੍ਹਾ ਜਿਹਾ ਰਿਲੀਵਡ, ਰਿਲੈਕਸ ਵੀ ਫੀਲ ਕਰਨ ਔਰ ਆਉਂਦਿਆਂ ਹੋਇਆ ਉਹ ਆ ਸਕਦੇ ਨੇ ਚਮਕੌਰ ਸਾਹਿਬ ਤੋਂ। ਉੱਥੇ ਬੜਾ ਸੋਹਣਾ ਇੱਕ ਪ੍ਰੋਗਰਾਮ ਚੱਲਦਾ ਲਾਈਟ ਐਂਡ ਸਾਊਂਡ ਦਾ, ਉਹ ਦੇਖ ਕੇ ਅਤੇ ਫਿਰ ਬੱਚੇ ਵਾਪਸ ਆ ਜਾ ਕਰਨਗੇ। ਇਹ ਅਸੀਂ ਪ੍ਰੋਗਰਾਮ ਅਗਲੇ ਸਾਲ ਤੋਂ ਬਣਾ ਰਹੇ ਹਾਂ। ਸੋ ਤੀਜੀ ਗੱਲ ਹੈ ਕਿ ਜਿਤਨਾ ਹੁਣ ਪਿੰਡਾਂ 'ਚ ਗੁਰਦੁਆਰੇ ਨੇ, ਸੋ ਦੇਖਣ 'ਚ ਆਇਆ ਕਿ ਉਹਨਾਂ ਦੀ ਅਟੈਂਡੈਂਸ ਬੜੀ ਘੱਟ ਗਈ, ਬੱਚੇ ਬਹੁਤ ਘੱਟ ਜਾਂਦੇ ਆ, ਸਾਡੇ ਸੰਗਤਾਂ ਬਹੁਤ ਘੱਟ ਗਈਆਂ ਨੇ। ਸੋ ਉਹਦੇ ਵਿੱਚ ਜੋ ਪ੍ਰੋਗਰਾਮ ਬਣਿਆ ਹੁਣ ਲਾਗੂ ਨਹੀਂ ਪੂਰਾ ਕਰ ਸਕੇ ਹਾਲੇ ਆਪਾਂ, ਕਿ ਉੱਥੇ ਇੰਟਰਸਟਿੰਗ ਬਣਾਉਣ ਦਾ ਪ੍ਰੋਗਰਾਮ ਬਣਾ ਰਿਹਾ ਕਿ ਉੱਥੇ ਨਿੱਕੀਆਂ ਨਿੱਕੀਆਂ ਕੰਪੀਟੀਸ਼ਨਸ ਹੋਣ, ਜਿਹਦੇ ਜਿਸ ਤਰ੍ਹਾਂ ਸ਼ਬਦ ਕੀਰਤਨ ਦਾ ਹੋਵੇ ਜਾਂ ਕਵਿਸ਼ਰੀ ਦਾ ਹੋਵੇ ਜਾਂ ਕੋਈ ਖੇਡ ਹੋਵੇ ਜਾਂ ਕੋਈ ਪੜ੍ਹਨ ਦਾ ਹੋਵੇ ਅਤੇ ਬੱਚਿਆਂ ਨੂੰ ਗਿਫਟ ਦਿੱਤੇ ਜਾਣ, ਡਰਾਇੰਗ ਦਾ ਹੋਵੇ। ਸੋ ਉੱਥੇ ਬੱਚੇ ਸੱਦ ਕੇ, ਜਿੰਨੇ ਬੱਚੇ ਵੀ ਉਸ ਪਿੰਡ ਦੇ ਆਉਣ, ਉਹਨਾਂ ਨੂੰ ਡਰਾਇੰਗ ਦਿੱਤੀ ਜਾਵੇ, ਜਿਹੜਾ ਫਸਟ ਸੈਕਿੰਡ ਥਰਡ ਉਹਨਾਂ ਨੂੰ ਇਨਾਮ ਦਿੱਤੇ ਜਾਣ ਔਰ ਸਾਰੇ ਪਾਰਟੀਸਪੈਂਟ ਨੂੰ ਇਨਾਮ ਦਿੱਤੇ ਜਾਣ।